ਮੇਜਰ ਮਾਰਕ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸੋ ਇਸ ਵਕਤ ਆਪਾਂ ਟੋਰਾਂਟੋ ਦੇ ਇੱਕ ਪਾਰਕ ਦੇ ਵਿੱਚ ਹਾਂ। ਸੋ ਟੋਰਾਂਟੋ ਦੇ ਵਿੱਚ ਨਾ ਹਰ ਸਾਲ ਏਅਰ ਸ਼ੋਅ ਹੁੰਦਾ ਹੈ, ਤੁਹਾਨੂੰ ਉਹ ਦਿਖਾਉਣ ਲੈ ਕੇ ਆਇਆ ਹਾਂ ਮੈਂ। ਆਹ ਦੇਖੋ, ਤੁਸੀਂ ਦੇਖ ਰਹੇ ਹੋ ਜਹਾਜ਼, ਇੱਕ ਹੈਲੀਕਾਪਟਰ ਜਾ ਰਿਹਾ ਹੈ ਲੇਕ ਅੰਟਾਰੀਓ 'ਤੇ ਉੱਡ ਰਿਹਾ ਹੈ। ਅਤੇ ਇਹ ਜਿਹੜਾ ਸ਼ੋਅ ਹੈ ਨਾ, ਇਹ ਹਰ ਸਾਲ ਹੁੰਦਾ ਹੈ ਜਦੋਂ ਅਗਸਤ ਦਾ ਲਾਸਟ ਵੀਕ ਹੁੰਦਾ ਹੈ, ਅਤੇ ਜਦੋਂ ਬੱਚੇ ਬੈਕ ਟੂ ਸਕੂਲ ਜਾਂਦੇ ਨੇ ਉਦੋਂ ਸੀ ਐੱਨ ਈ ਵੀ ਹੁੰਦੀ ਹੈ ਟੋਰਾਂਟੋ ਦੇ ਵਿੱਚ। ਅਤੇ ਇਹ ਜਿਹੜਾ ਲਾਸਟ ਵੀਕਐਂਡ ਹੈ ਬੱਚਿਆਂ ਦੀਆਂ ਛੁੱਟੀਆਂ ਦਾ, ਤਾਂ ਏਅਰ ਸ਼ੋਅ ਵੀ ਹੁੰਦਾ। ਸੋ ਲੋਕ ਬਹੁਤ ਦੇਖਣ ਆਉਂਦੇ ਨੇ। ਸੋ ਇੱਥੇ ਪਾਰਕ ਜਿੰਨੇ ਬਣੇ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਵੀ ਬਹੁਤ ਇਕੱਠ ਹੈ। ਤਾਂ ਸਾਨੂੰ ਕਾਰ ਦੀ ਪਾਰਕਿੰਗ ਹੈ ਜਿਹੜੀ ਉਹ ਇੱਥੇ ਮਿਲ ਗਈ ਹੈ, $20 ਹਨ ਪਾਰਕਿੰਗ ਦੇ, ਅਤੇ ਅਸੀਂ ਵੀ ਇਸ ਪਾਰਕ ਦੇ ਵਿੱਚ ਆ ਗਏ ਹਾਂ। ਆਹ ਦੇਖੋ ਤੇ ਕਿੰਨੇ ਇਹ ਇਕੱਠੇ ਜਹਾਜ਼ ਨੇ ਜਿਹੜੇ ਇੱਕੋ ਟਾਈਮ ਜਾਂਦੇ ਨੇ, ਅਤੇ ਇਹਨਾਂ ਦੇ ਵਿੱਚ ਡਿਸਟੈਂਸ ਬੜਾ ਥੋੜ੍ਹਾ ਹੈ। ਦੇਖੋ ਬੜੀ ਸਕਿਲਡ ਹੈਗਾ ਇਹ ਸਾਰਾ ਕੁਛ, ਅਤੇ ਬੜੇ ਮਾਹਰ ਪਾਇਲਟ ਹੋਣਗੇ। ਅਤੇ ਇਹ ਪਾਇਲਟ ਇੰਗਲੈਂਡ, ਫਰਾਂਸ ਅਤੇ ਦੂਸਰੇ ਕੰਟਰੀਆਂ ਤੋਂ ਵੀ ਆਉਂਦੇ ਨੇ। ਅਤੇ ਇਹਨਾਂ ਨੂੰ ਸਨੋਬਰਡ ਕਹਿੰਦੇ ਹਾਂ ਆਪਾਂ। ਅਤੇ ਇਹ ਸਨੋਬਰਡ ਜਿਹੜੇ ਜਹਾਜ਼ ਨੇ, ਤਾਂ ਇਹ ਆਪਣਾ ਜਿਹੜਾ ਸ਼ੋਅ ਹੈ ਇਸ ਵਕਤ ਪ੍ਰਦਰਸ਼ਨ ਕਰ ਰਹੇ ਨੇ, ਸੋ ਲੇਕ ਅੰਟਾਰੀਓ ਦੇ ਉੱਤੇ। ਅਤੇ ਲੋਕ ਜਿਵੇਂ ਦਿਲਾਂ 'ਤੇ ਹੱਥ ਰੱਖ ਕੇ ਦੇਖ ਰਹੇ ਨੇ, ਕਿਉਂਕਿ ਬੜੀਆਂ ਖਤਰਨਾਕ ਖੇਡਾਂ ਨੇ ਤੋ ਜੇ ਦੇਖਣ ਨੂੰ ਮਿਲ ਰਹੀਆਂ ਨੇ। ਸੋ ਲੇਕ ਅੰਟਾਰੀਓ ਦਾ ਨੀਲਾ ਪਾਣੀ ਦੂਰ ਦੂਰ ਤੱਕ ਫੈਲਿਆ ਹੋਇਆ, ਆਕਾਸ਼ 'ਤੇ ਹਲਕੀ ਹਲਕੀ ਬੱਦਲਬਾਈ, ਅਤੇ ਜਹਾਜ਼ ਨੇ ਜਿਹੜੇ ਉਹ ਧੂੰਆਂ ਹੈ ਉਹ ਛੱਡ ਦਿੰਦੇ ਨੇ। ਧੂੰਏ ਦੀਆਂ ਜਿਹੜੀਆਂ ਤਸਵੀਰਾਂ ਬਣਦੀਆਂ ਨੇ ਆਕਾਸ਼ ਦੇ ਵਿੱਚ, ਆ ਦੇਖੋ ਤੋ ਫਿਰ ਉਹ ਵਾਪਸ ਆ ਰਹੇ ਨੇ, ਅਤੇ ਕਿਸ ਤਰ੍ਹਾਂ ਨੇ ਜਿਹੜੇ ਉਹ ਜਾ ਰਹੇ ਨੇ। ਇੱਧਰ ਲੋਕ ਨੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਏ ਨੇ, ਸਟੋਲਾਂ ਨੇ ਨਾਲ ਆਪਣਾ ਖਾਣ ਪੀਣ ਦਾ ਸਮਾਨ ਲੈ ਕੇ ਆਏ ਨੇ। ਕੁਛ ਘਾਹ 'ਤੇ ਬੈਠੇ ਨੇ, ਉਹ ਦੇਖੋ ਸਾਹਮਣੇ ਦੇ ਕਿੰਨਾ ਸੋਹਣਾ ਜਿਹੜਾ ਉਹ ਧੂੰਏ ਦਾ ਜਿਹੜਾ ਆਕਾਰ ਜਿਹਾ ਬਣਿਆ ਹੋਇਆ। ਅਤੇ ਕਈ ਵਾਰ ਇਹ ਹਰਟ ਬਣਾਉਂਦੇ ਨੇ, ਲੋਕਾਂ ਨੂੰ ਆਪਣਾ ਪਿਆਰ ਭੇਜਦੇ ਨੇ। ਅਤੇ ਉਹ ਦੇਖੋ ਇੱਕ ਜਹਾਜ਼ ਹੋਰ ਹੈ ਜਿਹੜਾ ਉਹ ਨਿਕਲਿਆ। ਤੋ ਕਈ ਵਾਰ ਬਿਲਕੁਲ ਜਿਹੜੇ ਜਹਾਜ਼ ਨੇ ਉਸੇ ਤਰ੍ਹਾਂ ਆਉਂਦੇ ਨੇ, ਅਤੇ ਜਦੋਂ ਕੋਲ ਆ ਜਾਂਦੇ ਨੇ ਤਾਂ ਇੱਕਦਮ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਧੂੰਆਂ ਛੱਡਣਾ ਸ਼ੁਰੂ ਕਰ ਦਿੰਦੇ ਨੇ। ਅਤੇ ਆਹ ਦੇਖੋ ਜਹਾਜ਼ਾਂ ਦਾ ਜਿਹੜਾ ਗਰੁੱਪ ਹੈ। ਅਤੇ ਇੱਕ ਵਾਰੀ ਮੈਨੂੰ ਯਾਦ ਹੈ, ਅਸੀਂ ਤਕਰੀਬਨ ਹਰ ਸਾਲ ਹੀ ਦੇਖਣ ਆਉਂਦੇ ਹਾਂ। ਅਤੇ ਇੱਕ ਵਾਰੀ ਮੈਨੂੰ ਯਾਦ ਹੈ ਕਿੱਥੇ ਇੱਕ ਹਾਦਸਾ ਵੀ ਹੋਇਆ ਸੀ, ਇੱਕ ਜਹਾਜ਼ ਹੈ ਜਿਹੜਾ ਉਹ ਲਾਸਟ ਮੂਮੈਂਟ 'ਤੇ ਆ ਕੇ ਝੀਲ 'ਚ ਡਿੱਗ ਗਿਆ ਸੀ। ਲੇਕਿਨ ਇਹ ਕਿਤੇ ਰੇਅਰ, ਕਿਤੇ ਹਜ਼ਾਰਾਂ 'ਚੋਂ ਇੱਕ ਮਤਲਬ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ। ਮਤਲਬ ਮੋਸਟਲੀ ਜਿਹੜਾ ਹੈਗਾ ਇਹ ਸੇਫ ਹੀ ਹੁੰਦਾ, ਮਤਲਬ ਜਿਵੇਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਸੋ ਆਹ ਦੇਖੋ ਉੱਧਰ ਸੂਰਜ ਵੀ ਚਮਕ ਰਿਹਾ ਹੈ, ਅਤੇ ਕਿਸ ਤਰ੍ਹਾਂ ਦਾ ਜਿਹੜਾ ਖੂਬਸੂਰਤ ਨਜ਼ਾਰਾ ਪੇਸ਼ ਕਰ ਰਹੇ ਨੇ। ਸੋ ਇਹਦੀ ਕੋਈ ਟਿਕਟ ਨਹੀਂ ਹੁੰਦੀ, ਬਸ ਸਿਰਫ ਤੁਸੀਂ ਜਿਹੜੇ ਕੋਈ ਪਾਰਕਿੰਗ ਦੇ ਪੈਸੇ ਨੇ ਉਹੀ ਦੇਣੇ ਹੁੰਦੇ ਨੇ। ਸੋ ਇਸ ਕਰਕੇ ਜਿਹੜੇ ਹਨ ਲੋਕ ਬੈਠੇ ਨੇ ਆਪਣੀਆਂ ਚੇਅਰਾਂ ਘਰੋਂ ਲੈ ਕੇ ਆਏ ਨੇ, ਕੁਛ ਇੱਥੇ ਲੇਕ ਦੇ ਕਿਨਾਰੇ ਪੱਥਰ ਨੇ। ਦੇਖੋ ਕਿਆ ਬਾਤ ਹੈ, ਕਿਆ ਖੂਬਸੂਰਤ ਹੈ, ਦੇਖੋ ਕਿੰਨੇ ਖੂਬਸੂਰਤ ਨਜ਼ਾਰਾ ਪੇਸ਼ ਕਰ ਰਹੇ ਨੇ। ਤਾਂ ਇਹ ਜਿਹੜਾ ਏਅਰ ਸ਼ੋਅ ਹੈ, ਇਹ ਯਾਦ ਰੱਖਣ ਵਾਲੀ ਚੀਜ਼ ਹੁੰਦੀ ਹੈ। ਜੇ ਤੁਸੀਂ ਕਦੇ ਇਹਨਾਂ ਦਿਨਾਂ ਦੇ ਵਿੱਚ ਟੋਰਾਂਟੋ ਆਵੋ, ਜਿਵੇਂ ਸਤੰਬਰ ਦੇ ਲਾਸਟ ਵੀਕ, ਤਾਂ ਤੁਸੀਂ ਜਿਹੜਾ ਇਹ ਏਅਰ ਸ਼ੋਅ ਹੈ ਇਹਨੂੰ ਮਾਣ ਸਕਦੇ ਹੋ, ਦੇਖ ਸਕਦੇ ਹੋ। ਤੋ ਇਸ ਨੂੰ ਇਸੇ ਕਰਕੇ ਲੇਕ 'ਤੇ ਰੱਖਿਆ ਗਿਆ ਹੈ ਕਿ ਅਚਾਨਕ ਕੋਈ ਹਾਦਸਾ ਵਾਪਰ ਜਾਵੇ ਤਾਂ ਉਹ ਜਿਹੜਾ ਬੱਸੋਂ 'ਤੇ ਜਹਾਜ਼ ਨਾ ਆਵੇ। ਸੋ ਇਹ ਸਾਰੇ ਆਪਣੇ ਜਿਹੜੇ ਕਰਤੱਵ ਨੇ ਉਹ ਲੇਕ ਦੇ ਉੱਤੇ ਹੀ ਦਿਖਾਉਂਦੇ ਆ। ਇਹਨਾਂ ਦਿਨਾਂ ਦੇ ਵਿੱਚ ਟੋਰਾਂਟੋ ਦੇ ਵਿੱਚ ਗ੍ਰੀਨਰੀ ਬਹੁਤ ਹੁੰਦੀ ਹੈ, ਦਰੱਖਤ ਨੇ, ਤੁਸੀਂ ਦੇਖਦੇ ਹੋ ਕਿ ਉਹਨਾਂ ਦੇ ਹਰੇਕ ਚੂਰ ਪੱਤੇ, ਸਾਫ਼ ਸੁਥਰਾ ਵਾਤਾਵਰਨ, ਅਤੇ ਫਿਰ ਇੱਕ ਪਾਣੀ ਦੇ ਕਿਨਾਰੇ ਤੁਹਾਨੂੰ ਵੈਸੇ ਹੀ ਮਤਲਬ ਜਿੱਦਾਂ ਇੱਕ ਵਧੀਆ ਜਿਹਾ ਅਨੁਭਵ ਹੁੰਦਾ। ਤੋ ਇੱਥੇ ਤਕਰੀਬਨ ਸਾਰੀਆਂ ਕਮਿਊਨਿਟੀਆਂ ਨੇ, ਭਾਰਤੀ ਕਮਿਊਨਿਟੀ, ਫਿਲਪੀਨੀ, ਇਟਾਲੀਅਨ, ਸਪੈਨਿਸ਼, ਹਰ ਤਰ੍ਹਾਂ ਦੇ ਲੋਕ ਇੱਥੇ ਜਿਹੜੇ ਨੇ ਉਹ ਆਏ ਹੋਏ ਨੇ।
ਅਤੇ ਉਹ ਦੇਖ ਰਹੇ ਨੇ ਅਤੇ ਲੋਕ ਆਪਣੇ ਡੋਗਸ ਵੀ ਨੂੰ ਲੈ ਕੇ ਆਏ ਹੋਏ ਨੇ, ਡੋਗਸ ਲੈ ਕੇ ਆਏ ਹੋਏ ਨੇ। ਸੋ ਦੂਰ ਤੱਕ ਜਿੱਥੇ ਤੁਸੀਂ ਨਿਗਾਹ ਮਾਰੋ, ਮਤਲਬ ਜਿੱਦਾਂ ਉੱਧਰ ਲੇਕ ਅੰਟਾਰੀਓ ਤੱਕ, ਉਹ ਸਾਰੇ ਪਾਸੇ ਆ ਦੇਖੋ, ਇੱਕ ਰਿੰਗ ਬਣਾ ਰਿਹਾ ਜਹਾਜ਼, ਵੱਖੋ ਵੱਖਰੇ ਰੰਗ ਨੇ ਜਿਹੜੇ ਉਹ ਛੱਡ ਰਿਹਾ। ਤੋ ਉਹ ਜਿਹੜੇ ਸਮਾਨ ਦੇ ਵਿੱਚ ਉਹ ਰਿੰਗ ਨੇ ਜਿਹੜੇ ਉਹ ਬਣੇ ਹੋਏ ਨੇ, ਸੋ ਜਿਸ ਤਰ੍ਹਾਂ ਓਲੰਪਿਕ ਰਿੰਗਸ ਨਹੀਂ ਹੁੰਦੇ ਸੀ, ਇਸ ਤਰ੍ਹਾਂ ਬਣੇ ਹੋਏ ਨੇ। ਆਹ ਦੇਖੋ ਹੁਣ ਅੱਡ ਅੱਡ ਜਿਹੜੇ ਕਲਰ ਦੇ ਧੂੰਏ ਨੇ, ਮਤਲਬ ਉਹ ਦੱਸ ਰਿਹਾ। ਇਹ ਮੇਰਾ ਖਿਆਲ ਹੈ ਲੜਾਈ ਦੇ ਦਿਨਾਂ ਦੇ ਵਿੱਚ ਹੋ ਸਕਦਾ। ਇਹ ਇਹਨਾਂ ਦੇ ਵਿੱਚ ਫਾਈਟਰ ਜੈਟ ਵੀ ਹਨ, F-16 ਹੈਗਾ, F-15, ਇਸ ਤਰ੍ਹਾਂ ਦੇ ਕਈ ਨੇ, ਮਤਲਬ ਉੱਧਰ ਨਾ ਜਿੱਥੇ ਮੇਨ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਸੋਹਣੇ ਕਰਤੱਬ ਇੱਕ ਦੂਜੇ ਦੇ ਥੱਲੇ 'ਚ ਹੀ, ਉੱਪਰ 'ਚ ਹੀ, ਥੱਲੇ 'ਚ ਹੀ, ਉੱਪਰ 'ਚ ਹੀ। ਕਈ ਵਾਰ ਤਾਂ ਇਹਨਾਂ ਦੇ ਵਿੰਗ ਇੰਨੇ ਨੇੜੇ ਹੁੰਦੇ ਨੇ, ਲੱਗਦਾ ਹੁੰਦਾ ਕਿ ਤੁਸੀਂ ਦਿਲ ਫੜ ਲੈਂਦੇ ਹੋ ਕਿ ਕਿਤੇ ਇੱਕ ਦੂਸਰੇ 'ਚ ਵੱਜਣ ਨਾ। ਆਹ ਦੇਖੋ ਤਾਂ ਬਿਲਕੁਲ ਜਿਹੜੇ ਗਰੁੱਪ ਬਣਾਉਂਦੇ ਨੇ ਖਿਲਰ ਜਾਂਦੇ ਨੇ, ਫਿਰ ਇਕੱਠੇ ਹੋ ਜਾਂਦੇ ਨੇ। ਹਾਂ, ਸੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿੱਥੇ ਮੇਨ ਉੱਧਰ ਲੇਕ ਅੰਟਾਰੀਓ ਵੱਲ ਜਿੱਥੇ ਸਟੇਡੀਅਮ ਬਣਿਆ ਹੋਇਆ, ਉੱਥੇ ਟਿਕਟ ਵੀ ਮੇਰਾ ਖਿਆਲ ਹੈ ਸ਼ਾਇਦ ਹੈ ਥੋੜ੍ਹੀ ਬਹੁਤੀ, ਅਤੇ ਉੱਥੇ ਜਿਹੜੇ ਲੋਕ ਦੇਖਦੇ ਨੇ, ਅਤੇ ਉੱਥੇ ਜਿਹੜੇ ਹੈਗਾ ਜਿਹੜਾ ਕਮੈਂਟੇਟਰ ਵੀ ਹੈਗਾ, ਉਹ ਸਾਰੇ ਜਹਾਜ਼ਾਂ ਦੀ ਜਾਣਕਾਰੀ ਦਿੰਦਾ ਕਿ ਇਹ ਕਿਹੜਾ ਜਹਾਜ਼ ਹੈ ਅਤੇ ਕੌਣ ਪੈਲਟ ਚਲਾ ਰਿਹਾ, ਅਤੇ ਜਹਾਜ਼ ਦਾ ਜਿਹੜਾ ਪੂਰਾ ਵੇਰਵਾ ਉਹ ਤੁਹਾਨੂੰ ਦਿੱਤਾ ਜਾਂਦਾ, ਅਤੇ ਕਿੱਥੇ ਜਾਊਗਾ, ਕਦੋਂ ਉੱਡਿਆ, ਕਦੋਂ ਵਾਪਸ ਆ ਰਿਹਾ, ਕਿੰਨਾ ਚਿਰ ਦੀ ਉਹਦੀ ਉਡਾਣ ਹੈਗੀ ਆ, ਉਹ ਤੁਹਾਨੂੰ ਸਾਰਾ ਕੁਝ ਦੱਸਦੇ ਨੇ। ਅਤੇ ਨਾਲ ਇੱਕ ਚੰਗੀ ਗੱਲ ਇਹ ਹੈ ਕਿ ਜੇ ਤੁਸੀਂ ਟੋਰਾਂਟੋ ਏਅਰ ਸ਼ੋਅ ਪਾਵੋ ਤਾਂ ਉੱਥੇ ਤੁਹਾਡੀ ਇੱਕ ਸਾਈਟ ਖੁੱਲ੍ਹ ਜਾਂਦੀ ਹੈ, ਤਾਂ ਉਹ ਜਿਹੜੀ ਤੁਸੀਂ ਲਾਈਵ ਕਮੈਂਟਰੀ ਹੈ ਉਹ ਆਪਣੇ ਫੋਨਸ 'ਤੇ ਸੁਣ ਸਕਦੇ ਹੋ। ਸਾਡੇ ਵੀ ਇੱਕ ਫੋਨ 'ਤੇ ਲਾਈ ਹੋਈ ਹੈ, ਤਾਂ ਉਹ ਜਿਹੜੇ ਹਨ ਤੁਸੀਂ ਇੱਕ ਫੋਨ 'ਤੇ ਲਾ ਸਕਦੇ ਹੋ, ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਕਿ ਕਿਹੜੇ ਜਹਾਜ਼ ਨੇ ਕਦੋਂ ਉੱਡਣਾ ਹੈ, ਉਹ ਕਿਹੜਾ ਜਹਾਜ਼ ਹੈ, ਕਿਹੜੇ ਕੰਟਰੀ ਤੋਂ ਆਇਆ ਹੈ, ਅਤੇ ਕੌਣ ਪਾਇਲਟ ਉਹਨੂੰ ਚਲਾ ਰਿਹਾ ਹੈ। ਸੋ ਉਹ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ ਕਮੈਂਟਰੀ ਤੋਂ। ਸੋ ਆਹ ਦੇਖੋ, ਸੋ ਇਸ ਤਰ੍ਹਾਂ ਦੇ ਰੰਗ ਬਖੇਰ ਰਹੇ ਨੇ। ਸੋ ਜਿਸ ਤਰ੍ਹਾਂ ਕੋਈ ਹੋਲੀ ਦਾ ਮਾਹੌਲ ਹੋਵੇ, ਜਿਸ ਤਰ੍ਹਾਂ ਕੋਈ ਹੋਲੀ ਖੇਡੀ ਜਾ ਰਹੀ ਹੋਵੇ, ਸੋ ਇਸ ਤਰ੍ਹਾਂ ਦੇ ਜਿਹੜੇ ਰੰਗ ਨੇ ਆਕਾਸ਼ ਦੇ ਵਿੱਚ ਫੈਲੇ ਹੋਏ ਨੇ। ਸੋ ਕੁਦਰਤੀ ਵਾਤਾਵਰਨ ਵੀ ਇੱਥੇ ਬਹੁਤ ਬਹੁਤ ਸੋਹਣਾ ਹੈ, ਜਿਵੇਂ ਬੜਾ ਸਾਫ਼ ਸੁਥਰਾ, ਅਸਮਾਨ ਵੀ ਸਾਫ਼ ਹੈ। ਕਈ ਵਾਰ ਮੀਂਹ ਕਣੀ ਵਾਲਾ ਜਾਂ ਬੱਦਲਾਂ ਵਾਲਾ ਮੌਸਮ ਹੋਵੇ, ਫਿਰ ਤੁਹਾਨੂੰ ਇੰਨਾ ਵਧੀਆ ਨਹੀਂ ਲੱਗਦਾ, ਤਾਂ ਧੁੱਪ ਹੈਗੀ ਹੈ, ਗਰਮੀ ਹੈਗੀ ਹੈ, ਪਰ ਇੰਨਾ ਜ਼ਿਆਦਾ ਗਰਮ ਨਹੀਂ ਮੌਸਮ ਕੇ ਬਰਦਾਸ਼ਤ ਕੀਤਾ ਜਾਵੇ, ਜਾਂ ਹਲਕੀ ਜੈਕਟ ਨਾਲ ਜਾਂ ਅੱਧੀਆਂ ਬਾਹਾਂ ਦੀ ਸ਼ਰਟ ਨਾਲ ਵੀ ਤੁਸੀਂ ਜਿਹੜਾ ਹੈਗਾ ਉਹ ਦੇਖ ਸਕਦੇ ਹੋ। ਸੋ ਇਹ ਯਾਦ ਰੱਖਣ ਯੋਗ ਹੈਗਾ। ਸੋ ਕਈ ਜਹਾਜ਼ ਬੜਾ, ਮਤਲਬ ਜਿਹੜੇ ਜੰਗੀ ਜਹਾਜ਼ ਨੇ, ਫਾਈਟਰ ਜੈਟ ਨੇ, ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ। ਸੋ ਕਈ ਲੋਕ ਆਪਣੀਆਂ ਦੂਰਬੀਨਾਂ ਨਾਲ ਲੈ ਕੇ ਆਏ ਨੇ, ਕਈ ਮਤਲਬ ਤੁਹਾਡੇ ਜਿਹੜੇ ਹੈਗੇ ਨੇ ਕੰਨਾਂ 'ਤੇ ਜ਼ਿਆਦਾ ਪ੍ਰਭਾਵ ਨਾ ਪਵੇ, ਉਹ ਜਿਹੜੇ ਖੜਾਕ ਰੋਕਣ ਵਾਲੇ ਨੇ ਹੈੱਡਫੋਨ, ਉਹ ਵੀ ਕਈ ਲੋਕ ਲੈ ਕੇ ਆਏ ਹੋਏ ਨੇ। ਸੋ ਅਸੀਂ ਨੋਰਮਲੀ ਦੇਖ ਰਹੇ ਹਾਂ। ਸੋ ਅਸੀਂ ਘਰੋਂ ਮਤਲਬ ਜਿੱਦਾਂ ਹੇਠਾਂ ਵਿਛਾਉਣ ਲਈ ਸ਼ੀਟਸ ਲੈ ਕੇ ਆਏ ਹਾਂ, ਤਾਂ ਤੁਸੀਂ ਸ਼ੀਟਸ ਵਿਛਾ ਕੇ ਬੈਠ ਸਕਦੇ ਹੋ, ਚੇਅਰਾਂ 'ਤੇ ਬੈਠ ਸਕਦੇ ਹੋ, ਪੱਥਰਾਂ 'ਤੇ ਬੈਠ ਸਕਦੇ ਹੋ। ਸੋ ਅਸੀਂ ਘਰੋਂ ਵੀ ਖਾਣ ਲਈ ਫਰੂਟ ਵਗੈਰਾ ਲੈ ਆਏ ਸੀ, ਕਿਉਂਕਿ ਤੁਹਾਨੂੰ ਇੱਥੇ ਆ ਕੇ ਭੁੱਖ ਲੱਗਦੀ ਹੈ, ਲੰਬਾ ਦਿਨ ਹੁੰਦਾ। ਇੱਥੇ ਕੁਛ ਕੁ ਦੁਕਾਨਾਂ ਹੈਗੀਆਂ, ਇੱਥੇ ਪਾਰਕ ਦੇ ਵਿੱਚ ਇੱਕ ਦੁਕਾਨ ਹੈਗੀ ਹੈ ਜਿੱਥੇ ਤੁਹਾਨੂੰ ਆਈਸਕ੍ਰੀਮ ਵਗੈਰਾ ਮਿਲਦੀ ਹੈ, ਇੱਕ ਇੱਥੇ ਹੋਰ ਵੈਂਡਰ ਹੈਗਾ ਸਾਈਡ 'ਤੇ ਖੜ੍ਹਾ, ਉੱਥੋਂ ਵੀ ਆਈਸਕ੍ਰੀਮ ਮਿਲਦੀ ਹੈ। ਸੋ ਖਾਣ ਨੂੰ ਮਤਲਬ ਜੇ ਤੁਸੀਂ ਕੋਈ ਲੰਚ ਵਗੈਰਾ ਕਰਨਾ ਹੈ ਤਾਂ ਉਹ ਕੋਈ ਵੱਡਾ ਰੈਸਟੋਰੈਂਟ ਨਹੀਂ ਹੈਗਾ। ਸੋ ਅਸੀਂ ਊਬਰ 'ਤੇ ਆਰਡਰ ਕੀਤਾ ਸੀ ਮੈਕਡੋਨਲ, ਸੋ ਸਾਡਾ ਮੈਕਡੋਨਲ ਆ ਗਿਆ। ਸੋ ਅਸੀਂ ਨਾਲ ਦੀ ਨਾਲ ਸ਼ੋਅ ਮਾਰ ਰਹੇ ਹਾਂ, ਅਤੇ ਨਾਲ ਦੀ ਨਾਲ ਅਸੀਂ ਜਿਹੜਾ ਹੈਗਾ ਆਪਣਾ ਲੰਚ ਇੰਜੋਏ ਕੀਤਾ ਹੈ। ਤੋ ਉਸ ਤੋਂ ਬਾਅਦ ਜਿਹੜਾ ਇੱਥੇ ਵੈਂਡਰ ਮੈਂ ਤੁਹਾਨੂੰ ਦੱਸ ਰਿਹਾ ਸੀ, ਸਾਡੇ ਨਾਲ ਹੀ ਤਕਰੀਬਨ ਉਹਨਾਂ ਨੇ ਲਾਈ ਹੋਈ ਹੈ ਆਪਣੀ ਦੁਕਾਨ, ਤਾਂ ਉੱਥੋਂ ਅਸੀਂ ਜਿਹੜੀ ਹੈਗੀ ਹੈ ਆਈਸਕ੍ਰੀਮ ਵੀ ਲਿਆ ਕੇ ਜਿਹੜੀ ਖਾ ਲਈ। ਸੋ ਆਹ ਜਿਹੜਾ ਹੈਗਾ ਉਹਨਾਂ ਨੇ ਬਣਾਇਆ ਹੈ, ਅਤੇ ਧੂੰਏ ਦਾ ਤੁਸੀਂ ਦੇਖੋ ਇੱਕ ਵੱਡਾ ਸਾਰਾ ਹਰਟ, ਸੋ ਉਹ ਤੁਸੀਂ ਦੇਖ ਰਹੇ ਹੋ।
ਸੋ ਇਸ ਤਰ੍ਹਾਂ ਜਿਹੜੇ ਲੋਕ ਨੇ ਉਹਨਾਂ ਨੇ ਕੁਛ ਨੇ ਬਾਹਰੋਂ ਖਾਣਾ ਮੰਗਾ ਕੇ ਖਾਧਾ, ਕਈ ਆਪਣਾ ਘਰ ਤੋਂ ਬਣਾ ਕੇ ਲੈ ਕੇ ਆਏ ਨੇ। ਸੋ ਸਾਡੇ ਆਲੇ ਦੁਆਲੇ ਕੁਛ ਜਿਹੜੇ ਸਾਊਥ ਇੰਡੀਅਨ ਫੈਮਿਲੀਆਂ ਬੈਠੀਆਂ ਨੇ, ਸੋ ਉਹਨਾਂ ਦਾ ਜਿਹੜਾ ਖਾਣਾ ਹੈਗਾ ਤੁਸੀਂ ਦੇਖ ਰਹੇ ਹੋ ਕਿ ਉਹ ਆਪਣੀ ਸਟਾਈਲ ਦਾ ਖਾਣਾ ਲੈ ਕੇ ਆਏ ਨੇ, ਜਿਸ ਤਰ੍ਹਾਂ ਸਾਡੇ ਸਾਊਥ ਇੰਡੀਆ ਦੇ ਵਿੱਚ ਖਾਧਾ ਜਾਂਦਾ। ਸੋ ਆਹ ਦੇਖੋ ਸਾਹਮਣੇ, ਤੋ ਕਿਆ ਖੂਬਸੂਰਤ ਨਜ਼ਾਰਾ ਹੈ। ਸੋ ਕਿਸ ਤਰ੍ਹਾਂ ਜਿਹੜੀਆਂ ਲਾਲ ਨੀਲੀਆਂ ਪੱਟੀਆਂ ਧੂੰਏ ਦੀਆਂ ਬਣੀਆਂ ਹੋਈਆਂ ਨੇ, ਆਕਾਸ਼ ਦੇ ਵਿੱਚ ਬੱਦਲ ਨੇ। ਸੋ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਪੇਂਟਰ ਨੇ ਬਹੁਤ ਖੂਬਸੂਰਤ ਪੇਂਟਿੰਗ ਕੀਤੀ ਹੋਵੇ। ਸੋ ਇੱਧਰ ਕੁਦਰਤ ਦੀ ਪੇਂਟਿੰਗ ਹੈ, ਦਰੱਖਤਾਂ ਦੇ ਪੱਤੇ ਨੇ, ਤਰ੍ਹਾਂ ਤਰ੍ਹਾਂ ਦੇ ਦਰੱਖਤ ਨੇ, ਤਰ੍ਹਾਂ ਤਰ੍ਹਾਂ ਦੀ ਬਨਸਪਤੀ ਹੈ, ਅਤੇ ਉੱਧਰ ਉੱਪਰ ਜਿਹੜੇ ਅਸਮਾਨ 'ਤੇ ਜਹਾਜ਼ ਉੱਡ ਰਹੇ ਨੇ। ਸੋ ਦੋਸਤੋ, ਇਹ ਸਾਡੇ ਸਮਿਆਂ ਦੇ ਵਿੱਚ ਹੀ ਸੰਭਵ ਸੀ। ਅਸੀਂ ਅੱਜ ਤੋਂ ਜੇ ਆਪਾਂ 100 ਸਾਲ ਪਿੱਛੇ ਜਾਈਏ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਸੋਚੀਆਂ ਵੀ ਨਹੀਂ ਜਾ ਸਕਦੀਆਂ ਕਿ ਇਸ ਤਰ੍ਹਾਂ ਜਿਹੜੇ ਜਹਾਜ਼ ਨੇ ਉਹ ਉੱਡਣਗੇ। ਸੋ ਹਰ ਚੀਜ਼ ਦੇ ਪਿੱਛੇ ਨੇ ਜਿਹੜੇ ਖੋਜਾਂ ਕੰਮ ਕਰਦੀਆਂ ਨੇ, ਇਹ ਉਹੀ ਜਹਾਜ਼ ਨੇ ਜਿਹੜੇ ਜੰਗਾਂ ਯੁੱਧਾਂ ਦੇ ਵਿੱਚ ਵਰਤੇ ਜਾਂਦੇ ਨੇ, ਜਿਹੜੇ ਸਾਨੂੰ ਬਚਾ ਕੇ ਰੱਖਦੇ ਨੇ ਦੁਸ਼ਮਣਾਂ ਤੋਂ। ਤੋ ਇਹ ਉਹੀ ਪਾਇਲਟ ਨੇ ਜਿਹੜੇ ਮਤਲਬ ਜਦੋਂ ਉੱਥੇ ਹੁੰਦੇ ਨੇ ਅਤੇ ਬੜੇ ਦਲੇਰ ਇਹ ਜਿਹੜੇ ਹਨ ਇਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਕੱਢੇ। ਦੇਖਿਆ ਤੁਸੀਂ ਕਿੰਨਾ ਨੇੜੇ ਤੋਂ ਜਹਾਜ਼ ਨੇ ਜਿਹੜੇ ਉਹਨਾਂ ਕੱਟ ਮਾਰਿਆ, ਕਿਵੇਂ ਨੇੜੇ ਤੋਂ ਇਹ ਲੰਘੇ ਦੇ ਵਿੱਚ ਹੀ ਜਾਨਵਰ ਨੇ ਉੱਡ ਰਹੇ ਨੇ। ਆਹ ਦੇਖੋ ਉਹ ਫਾਈਟਰ ਜੈੱਟ ਕਿੰਨੀ ਤੇਜ਼ ਆ ਜਿਹੜਾ ਉਹ ਜਾ ਰਿਹਾ, ਅਤੇ ਇਹਨਾਂ ਦੀ ਆਵਾਜ਼ ਇੰਨੀ ਹੈ ਕਿ ਉਹਦੇ ਨਾਲ ਜਿੱਦਾਂ ਧਰਤੀ ਆ ਜਿਹੜੀ ਉਹ ਹਿਲਦੀ ਮਹਿਸੂਸ ਹੁੰਦੀ ਹੈ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਸਾਨੂੰ ਰਾਈਟ ਬ੍ਰਦਰਸ ਦਾ ਜਿਹੜਾ ਧੰਨਵਾਦ ਕਰਨਾ ਚਾਹੀਦਾ, ਤੋ ਜਿਨ੍ਹਾਂ ਨੇ ਸਾਲਾਂ ਬੱਧੀ ਮਿਹਨਤ ਕਰਕੇ ਆਪਣੀ ਜਾਨ ਜੋਖਮ 'ਚ ਪਾ ਕੇ, ਕਦੇ ਉਹਨਾਂ ਨੇ ਮੋਮ ਦੇ ਖੰਭ ਲਾ ਕੇ ਉੱਡਣ ਦੀ ਟਰਾਈ ਕੀਤੀ, ਕਦੇ ਕਿਸੇ ਦੀ ਕਦੇ ਕਿਸੇ ਦੀ, ਅਤੇ ਇਹ ਜਿਹੜੀ ਜਹਾਜ਼ ਦੀ ਖੋਜ ਹੈ ਉਹਨਾਂ ਨੇ ਕੀਤੀ, ਅਤੇ ਉਹਨਾਂ ਨੇ ਇਹ ਜਿਹੜੀ ਇੰਸਪੀਰੇਸ਼ਨ ਉਹ ਜਾਨਵਰਾਂ ਤੋਂ ਲਈ ਕਿ ਜੇ ਜਾਨਵਰ ਉੱਡ ਸਕਦੇ ਨੇ ਤਾਂ ਬੰਦਾ ਵੀ ਜਿਹੜਾ ਉੱਡ ਸਕਦਾ। ਅਤੇ ਫਿਰ ਜਿਹੜੀ ਹੌਲੀ 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 ਖੋਜ ਅੱਗੇ ਵੱਧਦੀ ਗਈ, ਅਤੇ ਇਹ ਜਿਹੜੇ ਜਹਾਜ਼ ਨੇ ਉਹ ਹੋਣ ਦੇ ਵਿੱਚ ਆਏ। ਪਹਿਲਾਂ ਸਮੁੰਦਰੀ ਜਹਾਜ਼ਾਂ ਰਾਹੀਂ ਸਫ਼ਰ ਹੁੰਦਾ ਸੀ, ਟ੍ਰੇਨਾਂ ਕਿਸ਼ਤੀਆਂ ਰਾਹੀਂ ਸਫ਼ਰ ਹੁੰਦਾ ਸੀ। ਸੋ ਫਿਰ ਜਿਹੜਾ ਹੈਗਾ ਮਹੀਨਿਆਂ ਦਾ ਜਿਹੜਾ ਸਫ਼ਰ ਹੈ ਉਹ ਘੰਟਿਆਂ ਦੇ ਵਿੱਚ ਮਨੁੱਖ ਹੈ ਜਿਹੜਾ ਮੁਕਾਉਣ ਲੱਗਾ। ਤਾਂ ਆਹ ਜਹਾਜ਼ ਤਾਂ ਆਪਣੀ ਆਵਾਜ਼ ਦੀ ਸਪੀਡ ਨਾਲੋਂ ਵੀ ਤੇਜ਼ ਚੱਲਦੇ ਨੇ, ਤੋਂ ਅੱਜ ਦਾ ਜਿਹੜਾ ਹੈਗਾ ਉਹ ਰਾਕਟ ਦਾ ਜ਼ਮਾਨਾ ਆ ਗਿਆ। ਸੋ ਇਹਦੇ ਨਾਲ ਜਿਹੜਾ ਦੁਨੀਆ ਇੱਕ ਗਲੋਬਲ ਪਿੰਡ ਬਣ ਗਈ। ਸੋ ਸੋਚੋ ਕਿ ਜੇ ਜਹਾਜ਼ ਨਾ ਹੁੰਦੇ, ਅਸੀਂ ਬੈਕ ਹੋਮ ਜਾਂਦੇ ਹਾਂ, ਮਤਲਬ ਜਿੱਦਾਂ ਆਪਣੇ ਮੁਲਕਾਂ ਨੂੰ ਜਾਂਦੇ ਹਾਂ, ਤਾਂ ਅਸੀਂ ਕਦੀ ਵੀ ਨਹੀਂ ਸੀ ਜਾ ਸਕਣਾ, ਕਿਉਂਕਿ 2-2 ਮਹੀਨੇ ਛੱਡ ਕੇ ਤੁਸੀਂ ਸਮੁੰਦਰੀ ਜਹਾਜ਼ਾਂ 'ਚ ਕਿਵੇਂ ਜਾ ਸਕਦੇ ਸੀ। ਸੋ ਇਹ ਜਿਹੜਾ ਹੈਗਾ ਧੰਨਵਾਦ ਕਰਨਾ ਬਣਦਾ। ਆਹ ਦੇਖੋ ਉੱਥੇ ਕਿੰਨੀਆਂ ਖੂਬਸੂਰਤ ਜਿਹੜੀਆਂ ਕਲਾਕ੍ਰਿਤੀਆਂ ਨੇ ਜਿਹੜੀਆਂ ਉਹ ਬਣ ਰਹੀਆਂ ਨੇ। ਝੀਲ ਦੇ ਉੱਪਰ ਪੰਛੀ ਵੀ ਉੱਡ ਰਹੇ ਨੇ, ਅਤੇ ਇਹ ਵੀ ਦੇਖੋ ਪੰਛੀਆਂ ਵਾਂਗੂ ਹੀ ਮਹਿਸੂਸ ਹੁੰਦੇ ਨੇ, ਅਤੇ ਕਿਸ ਤਰ੍ਹਾਂ ਇਹ ਜਿਹੜੇ ਹੈਗਾ ਡਾਈਵ ਕਰਦੇ ਆ, ਕਿਸ ਤਰ੍ਹਾਂ ਇਹ ਥੱਲੇ ਆਉਂਦੇ ਆ, ਉੱਪਰ ਜਾਂਦੇ ਆ, ਬਿਲਕੁਲ ਨਾਲ ਲੱਗ ਜਾਂਦੇ ਆ, ਤਾਂ ਫਿਰ ਜਿਹੜੇ ਹੈਗੇ ਨੇ ਉਹ ਖਿਲਰ ਜਾਂਦੇ ਆ, ਦੂਰੋਂ ਘੁੰਮ ਕੇ ਆਉਂਦੇ ਆ। ਅਤੇ ਪਤਾ ਨਹੀਂ ਹੁਣ ਇੱਕ ਜਹਾਜ਼ ਦੇ ਵਿੱਚ ਮੇਰਾ ਖਿਆਲ ਹੈ ਇੱਕੋ ਹੀ ਪਾਇਲਟ ਹੋਵੇਗਾ, ਸ਼ਾਇਦ 2 ਵੀ ਹੋ ਸਕਦੇ ਆ ਕਿਸੇ ਦੇ ਵਿੱਚ। ਸੋ ਇਹ ਇੱਧਰ ਜਿਹੜਾ ਹੈਗਾ ਟੋਰਾਂਟੋ ਪੀਅਰਸਨ ਏਅਰਪੋਰਟ, ਕੁਛ ਉੱਥੋਂ ਉਡਾਣ ਭਰਦੇ ਨੇ, ਕੁਛ ਇੱਥੇ ਨਾਲ ਹੀ ਤੋ ਬਿੱਲੀ ਵਿਸ਼ਪ ਏਅਰਪੋਰਟ ਹੈ, ਤਾਂ ਕੁਛ ਜਹਾਜ਼ ਨੇ ਜਿਹੜੇ ਉੱਥੋਂ ਉਡਾਣ ਭਰਦੇ ਨੇ ਜਾਂ ਆ ਕੇ ਉੱਥੇ ਉਤਰਦੇ ਨੇ। ਇਹ ਜਿਹੜਾ ਸ਼ੋਅ ਹੈ ਇਹ ਤਕਰੀਬਨ 12 ਵਜੇ ਸ਼ੁਰੂ ਹੋਇਆ ਸੀਗਾ, ਅਤੇ ਇਹ 4 ਵਜੇ ਤੱਕ ਚੱਲੇਗਾ, ਅਤੇ 3-4 ਘੰਟੇ ਇਹਨਾਂ ਨੇ ਆਪਣੇ ਕਰਤੱਵ ਦਿਖਾਉਣੇ ਨੇ। ਤੋ ਇਸ ਤਰ੍ਹਾਂ ਦੇ ਸ਼ੋਅ ਤੁਹਾਨੂੰ ਦੁਨੀਆ ਦੇ ਵਿੱਚ ਕੁਛ ਕੁ ਥਾਵਾਂ 'ਤੇ, ਕੁਛ ਕੁ ਦੇਸ਼ਾਂ ਦੇ ਵਿੱਚ ਮਿਲਦੇ ਨੇ, ਅਤੇ ਜਿੱਥੇ ਇਹਨਾਂ ਦੇ ਉਡਾਣ ਲਈ ਸੁਰੱਖਿਅਤ ਥਾਵਾਂ ਹੋਣ, ਕਿਉਂਕਿ ਜਿੱਥੇ ਪਬਲਿਕ ਬੱਸੋਂ ਹੈ ਉੱਥੇ ਇਹ ਜ਼ਿਆਦਾ ਉਡਾਣ ਨਹੀਂ ਭਰਦੇ, ਕਿਉਂਕਿ ਕੋਈ ਵੀ ਹਾਦਸਾ ਹੋ ਸਕਦਾ। ਅਤੇ ਇੱਥੇ ਜਿਵੇਂ ਲੇਕ ਅੰਟਾਰੀਓ ਬਹੁਤ ਵੱਡੀ ਜਿਹੜੀ ਝੀਲ ਹੈ ਉਹ ਹੈ, ਤੋ ਇਸ ਕਰਕੇ ਜਿਹੜਾ ਇਹ ਸ਼ੋਅ ਹੈ
ਤੋਂ ਹਰ ਸਾਲ ਟੋਰਾਂਟੋ ਦੇ ਵਿੱਚ ਹੁੰਦਾ ਹੈ ਅਤੇ ਪਾਇਲਟ ਨੇ ਜਿਹੜੇ ਪਹਿਲਾਂ ਹੀ ਉਹ ਆਪਣੇ ਜਹਾਜ਼ ਲੈ ਕੇ ਆ ਜਾਂਦੇ ਨੇ। ਸੋ ਇਹਨਾਂ ਜਹਾਜ਼ਾਂ ਨੂੰ ਮਤਲਬ ਜਿਹੜੇ ਛੋਟੇ ਜਹਾਜ਼ ਤੁਹਾਨੂੰ ਕਰਤਬ ਦਿਖਾ ਰਹੇ ਨੇ, ਇਹਨਾਂ ਨੂੰ ਜਿਹੜਾ ਹੈਗਾ ਉਹ ਕਾਰਗੋ ਜਹਾਜ਼ਾਂ 'ਚ ਲਿਆ ਜਾਂਦਾ ਜਾਂਦਾ ਤੋ ਕੁਛ ਜਿਹੜੇ ਹਨ ਉੱਦਾਂ ਵੀ ਆ ਜਾਂਦੇ ਨੇ, ਕਿਉਂਕਿ ਹਰ ਜਹਾਜ਼ ਦੀ ਰੇਂਜ ਹੁੰਦੀ ਹੈ ਕਿ ਉਹ ਕਿੰਨਾ ਪੈਟਰੋਲ ਲੈ ਸਕਦਾ, ਕਿੱਥੇ ਤੱਕ ਉਡਾਣ ਭਰ ਸਕਦਾ। ਤੋ ਉਸ ਹਿਸਾਬ ਨਾਲ ਇਹਨਾਂ ਨੂੰ ਇੱਥੇ ਲਿਆਂਦਾ ਜਾਂਦਾ ਅਤੇ ਜਦੋਂ ਸ਼ੋਅ ਹੋ ਮੁੱਕ ਜਾਂਦਾ ਅਤੇ ਫਿਰ ਇਹ ਵਾਪਸ ਆਪਣੇ ਮੁਲਕਾਂ ਨੂੰ ਚਲੇ ਜਾਂਦੇ ਨੇ ਅਤੇ ਜਿਹੜੇ ਟੋਰਾਂਟੋ ਦੇ ਨੇ ਉਹ ਟੋਰਾਂਟੋ ਵਿੱਚ ਰਹਿ ਜਾਂਦੇ ਨੇ। ਸੋ ਨਾਲ ਦੀ ਨਾਲ ਅਸੀਂ ਘੁੰਮ ਫਿਰ ਕੇ ਇਸ ਪਾਰਕ ਦੇ ਵਿੱਚ ਗੇੜਾ ਵੀ ਕੱਢ ਰਹੇ ਹਾਂ। ਸੋ ਇਸ ਪਾਰਕ ਦੇ ਵਿੱਚ ਕਾਫੀ ਟ੍ਰੀ ਨੇ ਲੱਗੇ ਹੋਏ ਨੇ। ਸੋ ਆਹ ਇੱਕ ਮੈਮੋਰੀਅਲ ਬਣਿਆ ਹੋਇਆ, ਕੋਰੀਅਨ ਵਾਰ ਮੈਮੋਰੀਅਲ। ਸੋ ਜਿਹੜੇ ਕੋਰੀਆ ਦੇ ਵਿੱਚ ਜਦੋਂ ਜੰਗ ਹੋਈ ਹੈ ਤਾਂ ਉਸ ਵਕਤ ਜਿਹੜੇ ਸੈਨਿਕ ਗਏ ਸੀ ਕੈਨੇਡਾ ਤੋਂ ਅਮਰੀਕਾ ਤੋਂ, ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਮੈਮੋਰੀਅਲ ਬਣਿਆ ਹੋਇਆ। ਅਤੇ ਇਸ ਤਰ੍ਹਾਂ ਦੇ ਮੈਮੋਰੀਅਲ ਹੋਰ ਵੀ ਕਈ ਥਾਵਾਂ 'ਤੇ ਬਣੇ ਹੋਏ ਨੇ। ਸੋ ਲੋਕ ਨੇ ਜਿਹੜੇ ਉਹ ਹਰੇ ਹਰੇ ਘਾਹ 'ਤੇ ਬੈਠ ਕੇ ਚਾਦਰਾਂ ਵਿਛਾ ਕੇ ਦੇਖ ਰਹੇ ਨੇ, ਖਾਣਾ ਖਾ ਰਹੇ ਨੇ ਅਤੇ ਬੈਂਚ ਲੱਗੇ ਹੋਏ ਨੇ ਕਾਫੀ ਇੱਥੇ। ਸੋ ਇਹ ਤੁਸੀਂ ਜਦੋਂ ਲੇਕ ਸ਼ੋਰ 'ਤੇ ਆਉਂਦੇ ਹੋ, ਲੇਕ ਸ਼ੋਰ ਦੇ ਉੱਪਰ ਇਹ ਪਾਰਕ ਹੈਗਾ। ਸੋ ਇੱਥੇ ਤੁਸੀਂ ਆ ਸਕਦੇ ਹੋ। ਤੋ ਜੇ ਆਪਾਂ ਲੇਕ ਸ਼ੋਰ 'ਤੇ ਅੱਗੇ ਚੱਲਦੇ ਜਾਈਏ, ਅੱਗੇ ਵੀ ਜਿਹੜੇ ਹਨ ਤੁਹਾਨੂੰ ਕਾਫੀ ਪਾਰਕ ਨੇ ਜਿਹੜੇ ਉਹ ਮਿਲਦੇ ਨੇ, ਲੇਕ ਅੰਟਾਰੀਓ ਤੱਕ ਮਿਲਦੇ ਨੇ। ਅਤੇ ਫਿਰ ਅੱਗੇ ਵਾਟਰ ਫਰੰਟ ਆ ਜਾਂਦਾ ਹੈ ਅਤੇ ਜਿੱਥੋਂ ਫੈਰੀਆਂ ਕਿਸ਼ਤੀਆਂ ਵਗੈਰਾ ਚੱਲਦੀਆਂ ਨੇ ਅਤੇ ਉੱਥੇ ਤੱਕ ਤਾਂ ਤੁਸੀਂ ਗਏ ਹੀ ਹੋ। ਅਤੇ ਜਦੋਂ ਆਪਾਂ ਸੈਂਟਰਲ ਆਈਲੈਂਡ ਨੂੰ ਜਾਂਦੇ ਹਾਂ ਤਾਂ ਉੱਥੇ ਆਪਾਂ ਉਹ ਜਿਹੜਾ ਹੈਗਾ ਫੈਰੀ ਪੋਰਟ, ਤਾਂ ਉੱਥੋਂ ਜਾਂਦੇ ਹਾਂ। ਆਹ ਦੇਖੋ ਉੱਥੇ ਕਿੰਨਾ ਖੂਬਸੂਰਤ ਹੈ ਜਿਹੜਾ ਉਹ ਨਜ਼ਾਰਾ ਬਣ ਰਿਹਾ, ਕਿੰਨਾ ਖੂਬਸੂਰਤ ਧੂੰਏ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਅਤੇ ਆਹ ਦੇਖੋ ਅਤੇ ਲੋਕ ਨੇ ਜਿਹੜੇ ਇੰਜੋਏ ਕਰ ਰਹੇ ਨੇ, ਤਿਆਰ ਹੋ ਕੇ ਆਏ ਨੇ। ਬੱਚੇ ਐਕਸਾਈਟਡ ਨੇ ਕਿਉਂਕਿ ਥੋੜ੍ਹੇ ਦਿਨਾਂ ਤੱਕ ਸਕੂਲ ਜਾਣਾ ਹੈਗਾ ਅਤੇ ਬੱਚਿਆਂ ਨੂੰ ਬੈਕ ਟੂ ਸਕੂਲ ਦੀਆਂ ਸੇਲਸ ਜਦੋਂ ਮੁੱਕ ਜਾਂਦੀਆਂ ਨੇ ਅਤੇ ਫਿਰ ਉਹਨਾਂ ਨੂੰ ਮਨੋਰੰਜਨ ਲਈ ਲਿਜਾਇਆ ਜਾਂਦਾ। ਅਤੇ ਇਹ ਜਿਹੜੇ CNE ਹੈਗੀ ਹੈ ਜਾਂ ਇਹ ਜਿਹੜਾ ਏਅਰ ਸ਼ੋਅ ਹੈ, ਤੋ ਇਹ ਇਹਨਾਂ ਛੋਟੀਆਂ ਦੇ ਜਿਹੜੇ ਆਖਰੀ ਇਵੈਂਟਸ ਨੇ ਉਹ ਹੁੰਦੇ ਨੇ। ਦੂਰੋਂ ਦੂਰੋਂ ਦੁਨੀਆ ਦੇਖਣ ਆਉਂਦੀ ਹੈ। ਸੋ ਇੱਥੇ ਸਾਡੇ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਜਾਂ ਅੰਟਾਰੀਓ ਦੇ ਵਿੱਚ ਹੋਰ ਸ਼ਹਿਰਾਂ ਤੋਂ ਵੀ ਜਿਹੜੇ ਦੂਰ ਦੁਰਾਡੇ ਹੋ ਤੋਂ ਜਿਹੜੇ ਦਰਸ਼ਕ ਨੇ ਇਹ ਸ਼ੋਅ ਨੂੰ ਦੇਖਣ ਆਉਂਦੇ ਨੇ। ਸੋ ਕਈ ਵਾਰੀ ਹੋ ਸਕਦਾ ਕਿ ਲੋਕ ਜਿਹੜੇ ਇਸ ਲਾਸਟ ਜਿਹੜਾ ਲੌਂਗ ਵੀਕਐਂਡ ਹੈ, ਲੇਬਰ ਡੇ ਲੌਂਗ ਵੀਕਐਂਡ ਹੈ, ਅਤੇ ਇਹਦੇ 'ਤੇ ਜਿਹੜੇ ਲੋਕ ਨੇ ਉਹ ਅਮਰੀਕਾ ਤੋਂ ਵੀ ਕਾਫੀ ਮਿਲਣ ਗਿਲਣ ਆਏ ਹੁੰਦੇ ਨੇ ਇੱਥੇ, ਤਾਂ ਉਹ ਵੀ ਜਿਹੜੇ ਹੈਗੇ ਨੇ ਇੱਥੇ ਦੇਖਣ ਆਉਂਦੇ ਨੇ। ਅਤੇ ਬਹੁਤ ਸਾਰੇ ਵਿਜ਼ਟਰ ਨੇ ਜਿਹੜੇ ਇਹਨਾਂ ਦਿਨਾਂ ਵਿੱਚ ਆਉਂਦੇ ਨੇ, ਕਿਉਂਕਿ ਬੱਚਿਆਂ ਨੇ ਬੈਕ ਟੂ ਸਕੂਲ ਜਾਣਾ ਹੁੰਦਾ ਹੈ, ਬੱਚਿਆਂ ਨੇ ਮੁੜ ਕੇ ਯੂਨੀਵਰਸਿਟੀ ਨੂੰ ਜਾਣਾ ਹੁੰਦਾ। ਇੰਡੀਆ ਤੋਂ ਵੀ ਬਹੁਤ ਸਾਰੇ ਆਏ ਹੋਣਗੇ, ਤੋਂ ਬਹੁਤ ਸਾਰੇ ਲੋਕ ਨੇ ਜਿਹੜੇ, ਕਿਉਂਕਿ ਇੱਥੇ ਪਤਾ ਲੱਗ ਜਾਂਦਾ ਨਵੇਂ ਆਏ ਬੰਦੇ ਦਾ, ਤੋਂ ਆਪਣੇ ਪੇਰੈਂਟਸ ਨੂੰ ਆਪਣੇ ਜਿਹੜੇ ਰੈਲੇਟਿਵਸ ਨੂੰ ਇਹ ਸ਼ੋਅ ਦਿਖਾਉਣ ਲੈ ਕੇ ਆਉਂਦੇ ਨੇ। ਸੋ ਬੜਾ ਹੀ ਕਮਾਲ ਦਾ ਜਿਹੜਾ ਸ਼ੋਅ ਇਹ ਹੁੰਦਾ। ਸੋ ਤੁਸੀਂ ਆ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਜਹਾਜ਼ ਨੇ ਬਿਲਕੁਲ 90 ਡਿਗਰੀ 'ਤੇ ਸਿੱਧਾ ਉੱਤੇ ਨੂੰ ਜਾਂਦੇ ਨੇ, ਫਿਰ ਜਿੱਦਾਂ ਉਸੇ ਤਰੀਕੇ ਨਾਲ ਜਿਹੜੇ ਥੱਲੇ ਨੂੰ ਆਉਂਦੇ ਨੇ। ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਪਤਾ ਨਹੀਂ ਜਹਾਜ਼ ਕਿਵੇਂ ਪਾਇਲਟ ਆ ਜਿਹੜਾ ਉਹ ਇੰਨੀ ਸਪੀਡ 'ਤੇ ਕੰਟਰੋਲ ਕਰ ਰਿਹਾ ਹੋਊਗਾ, ਲੇਕਿਨ ਕਰ ਰਹੇ ਨੇ। ਅਰਦਾਸ ਦੇਣੀ ਬਣਦੀ ਹੈ ਉਹਨਾਂ ਦੀ
ਕਿ ਉਹਨਾਂ ਨੇ ਆਪਣੀ ਇੰਨੀ ਮਿਹਨਤ ਕਰਕੇ ਅਤੇ ਇਹ ਜਿਹੜਾ ਸਕਿੱਲ ਹੈ ਉਹ ਹਾਸਲ ਕੀਤਾ ਹੈ। ਅਤੇ ਉਹ ਦੇਖੋ ਦੇਖੋ ਨਾ ਕਿਵੇਂ ਇੱਕਦਮ ਜਿਵੇਂ ਉੱਤੋਂ ਥੱਲੇ ਨੂੰ ਆ ਰਹੇ ਨੇ ਤੋ ਇਸੇ ਤਰ੍ਹਾਂ ਉੱਪਰ ਨੂੰ ਜਾ ਰਹੇ ਨੇ, ਬਿਲਕੁਲ ਸਿੱਧੇ। ਸੋ ਬੜਾ ਚੰਗਾ ਲੱਗ ਰਿਹਾ। ਇੱਥੇ ਨਾ ਥੱਲੇ ਬੀਚ ਵੀ ਬਣੀ ਹੋਈ ਹੈ, ਸੋ ਕਈ ਲੋਕ ਬੀਚ 'ਤੇ ਬੈਠੇ ਨੇ, ਬੀਚ 'ਚ ਇਹਨਾਂ ਲਾਈਆਂ ਹੋਈਆਂ ਨੇ। ਅਤੇ ਤੁਹਾਨੂੰ ਪਤਾ ਹੀ ਹੈ ਇੱਧਰਲੀਆਂ ਕਮਿਊਨਿਟੀਆਂ ਦਾ, ਤਾਂ ਇਹਨਾਂ ਨੂੰ ਮਾੜੀ ਜਿਹੀ ਗਰਮੀ ਵੀ ਹੋਵੇ ਤਾਂ ਵੀ ਇਹਨਾਂ ਨੂੰ ਛੇਤੀ ਮਹਿਸੂਸ ਹੋਣ ਲੱਗ ਜਾਂਦੀ ਹੈ, ਠੰਡ ਹੋਵੇ ਤਾਂ ਵੀ। ਅਤੇ ਕਈ ਤਾਂ ਕਮੀਜ਼ਾਂ ਕਮੂਜ਼ਾਂ ਲਾਹੀ ਬੀਚ 'ਤੇ ਬੈਠੇ ਨੇ ਅਤੇ ਨਾਲ ਦੀ ਨਾਲ ਸ਼ੋਅ ਇੰਜੋਏ ਕਰ ਰਹੇ ਨੇ। ਅਤੇ ਕਈ ਸਾਡੇ ਵਰਗੇ ਬੈਂਚਾਂ 'ਤੇ ਸੀਟਾਂ 'ਤੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉਹ ਬੈਠੇ ਨੇ, ਲੇਕਿਨ ਸਾਰਿਆਂ ਦੀ ਜਿਹੜੀ ਰੁਚੀ ਹੈ, ਧਿਆਨ ਹੈ, ਉਹ ਸਾਰਾ ਏਅਰ ਸ਼ੋਅ ਵੱਲ ਹੀ ਹੈ। ਨਾਲ ਦੀ ਨਾਲ ਇੰਜੋਏ ਵੀ ਕਰਦੇ ਨੇ, ਨਾਲ ਦੀ ਨਾਲ ਏਅਰ ਸ਼ੋਅ ਵੀ ਦੇਖਦੇ ਨੇ। ਪਰ ਇੱਥੇ ਹੈਗਾ ਵੀ ਇੱਥੇ ਕਿਸੇ ਕਿਸਮ ਦਾ ਰੌਲਾ ਰੱਪਾ ਨਹੀਂ ਹੁੰਦਾ, ਕੋਈ ਐਂ ਮਤਲਬ ਲੋਕ ਗਰੁੱਪ ਜਾਂ ਟੋਲੇ ਬਣਾ ਕੇ ਨਹੀਂ ਖੜ੍ਹਦੇ, ਜਾਂ ਇੱਦਾਂ ਕਿ ਲੋਕ ਤੁਹਾਨੂੰ ਨਸ਼ੇ ਮਤਲਬ ਜਿੱਦਾਂ ਕਰਦੇ, ਡਿੱਗਦੇ, ਢਾਈਂਦੇ, ਗਾਲਾਂ ਕੱਢਦੇ, ਉੱਚੀ ਬੋਲਦੇ। ਸੋ ਇਸ ਤਰ੍ਹਾਂ ਦਾ ਕੁਛ ਨਹੀਂ ਦੇਖੇਗਾ। ਅਤੇ ਹੋ ਸਕਦਾ ਜੇ ਕੋਈ ਬੀਰ ਬੂਰ ਪੀਂਦਾ ਵੀ ਹੋਵੇ ਤਾਂ ਉਹ ਪਤਾ ਨਹੀਂ ਲੱਗਦਾ, ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿਸੇ ਨੇ ਬੀਰ ਪੀਤੀ ਹੋਈ ਹੈ ਜਾਂ ਕਿਸੇ ਨੇ ਨਸ਼ਾ ਕੀਤਾ ਹੋਇਆ ਹੈ। ਸੋ ਕਈ ਵਾਰ ਤੁਹਾਨੂੰ ਮਹਿਸੂਸ ਤਾਂ ਹੋ ਸਕਦਾ, ਲੇਕਿਨ ਕਿਸੇ ਦੇ ਮਨੋਰੰਜਨ ਦੇ ਵਿੱਚ ਅੜਿੱਕਾ ਨਹੀਂ ਪਾਉਂਦੇ ਜਾਂ ਕਿਸੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ। ਤੋ ਜਿਵੇਂ ਸਾਡੀ ਕਮਿਊਨਿਟੀਆਂ ਨੇ ਜਿਹੜੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਮਚਿਓਰ ਹੋਣ ਦੀ ਜ਼ਰੂਰਤ ਹੈ। ਆਹ ਦੇਖੋ, ਸੋ ਆਹ ਲੋਕ ਖੜ੍ਹੇ ਨੇ। ਸੋ ਇਸ ਤਰ੍ਹਾਂ ਦੇ ਲੱਕੜ ਦੇ ਜਿਹੜੇ ਬੋਰਡ ਨੇ ਉਹ ਲੱਗੇ ਹੋਏ ਨੇ, ਲੱਕੜ ਦੀਆਂ ਜਿੱਦਾਂ ਕਹਿ ਲਓ ਸੜਕਾਂ ਨਹੀਂ ਕਹਿ ਸਕਦੇ ਆਪਾਂ, ਅਤੇ ਜਿਹੜੇ ਪਾਥ ਨੇ ਉਹ ਬਣੇ ਹੋਏ ਨੇ ਜਿਨ੍ਹਾਂ 'ਤੇ ਤੁਸੀਂ ਸਟੋਲਾਂ ਰੋੜ ਸਕਦੇ ਹੋ ਜਾਂ ਤੁਸੀਂ ਤੁਰ ਸਕਦੇ ਹੋ ਜਾਂ ਤੁਸੀਂ ਵੀਲ ਚੇਅਰਾਂ ਰੋੜ ਸਕਦੇ ਹੋ, ਤਾਂ ਇਹ ਸੌਖਾ ਹੈ। ਸੋ ਆਹ ਦੇਖੋ ਦੂਰ ਤੱਕ, ਸੋ ਕਿਸ ਤਰ੍ਹਾਂ ਲੋਕ ਨੇ ਜਿਹੜੇ ਉਹ ਅੱਜ ਦਾ ਜਿਹੜਾ ਮੌਸਮ ਹੈ ਉਸਨੂੰ ਵੀ ਮਾਣ ਰਹੇ ਨੇ ਅਤੇ ਏਅਰ ਸ਼ੋਅ ਨੂੰ ਵੀ ਮਾਣ ਰਹੇ ਨੇ। ਸੋ ਅਸੀਂ ਅੱਗੇ ਪਿੱਛੇ ਘੁੰਮਦੇ ਰਹੇ। ਖਾਸ ਕਰਕੇ ਮੈਨੂੰ ਤਾਂ ਆਦਤ ਹੈ ਕਿ ਮੈਂ ਆਲਾ ਦੁਆਲਾ ਸਾਰਾ ਦੇਖਦਾ, ਰਿਕਾਰਡ ਵੀ ਕਰਦਾ, ਫੋਟੋਆਂ ਵੀ ਖਿੱਚਦਾ। ਸੋ ਮੈਂ ਦੂਰ ਤੱਕ ਦੇਖਦਾ ਰਿਹਾ, ਫੈਮਿਲੀ ਇੱਥੇ ਬੈਠੀ ਰਹੀ ਅਤੇ ਮੈਂ ਦੂਰ ਐਂਡ ਤੱਕ ਦੇਖਦਾ ਰਿਹਾ ਅਤੇ ਸ਼ੋਅ ਵੀ ਦੇਖਦਾ ਰਿਹਾ। ਤਰ੍ਹਾਂ ਤਰ੍ਹਾਂ ਦੇ ਜਹਾਜ਼ ਨੇ, ਕਈ ਤਾਂ ਬਿਲਕੁਲ ਵੱਡੇ ਵੱਡੇ ਨੇ, ਕਈ ਛੋਟੇ ਛੋਟੇ ਨੇ, ਕਈਆਂ ਦੀ ਸ਼ੇਪ ਕਿਸੇ ਹੋਰ ਤਰੀਕੇ ਦੀ ਹੈ, ਕਈਆਂ ਦੀ ਹੋਰ ਤਰੀਕੇ ਦੀ ਹੈ। ਅਤੇ ਜੇ ਤੁਹਾਨੂੰ ਮਾੜਾ ਮੋਟਾ ਵੀ ਮਤਲਬ ਇਹਦੇ ਵਿੱਚ ਦਿਲਚਸਪੀ ਹੈਗੀ ਹੈ ਇਹਨਾਂ ਦੀਆਂ ਕਿਸਮਾਂ ਦੇ ਵਿੱਚ, ਸੋ ਜਿਸ ਤਰ੍ਹਾਂ ਸਾਡੀਆਂ ਕਾਰਾਂ ਹੁੰਦੀਆਂ ਨੇ, ਅਤੇ ਇੱਧਰ ਜਿਹੜਾ ਹੈਗਾ ਪੋਰਟ, ਉੱਥੇ ਦੇਖੋ ਉਹ ਫੈਰੀਆਂ ਖੜ੍ਹੀਆਂ ਨੇ, ਅਤੇ ਉਹ ਮਤਲਬ ਜਿੱਦਾਂ ਕਿਸ਼ਤੀਆਂ ਖੜ੍ਹੀਆਂ ਨੇ, ਜਾਂ ਤੁਸੀਂ ਕਹਿ ਲਓ ਕਿ ਆ ਚੱਪੂ ਵਾਲੀਆਂ ਕਿਸ਼ਤੀਆਂ ਵੀ ਹੈਗੀਆਂ, ਅਤੇ ਦੂਜੀਆਂ ਜਿਹੜੀਆਂ ਜਿਨ੍ਹਾਂ 'ਤੇ ਚਾਦਰ ਜੀ ਲੱਗੀ ਹੁੰਦੀ ਹੈ ਤਾਂ ਉਹ ਵੀ ਹੈਗੀਆਂ, ਅਤੇ ਹਰ ਤਰ੍ਹਾਂ ਦੀਆਂ ਜਿਹੜੀਆਂ ਕਿਸ਼ਤੀਆਂ ਨੇ ਤੋ ਇੱਥੇ ਹੈਗੀਆਂ। ਸੋ ਕਿਸ਼ਤੀਆਂ ਨਾਲ ਜਿਹੜਾ ਸੰਬੰਧਿਤ ਸਮਾਨ ਹੈ ਤੋ ਅੱਡ ਤਰ੍ਹਾਂ ਦਾ ਹੁੰਦਾ। ਮੈਨੂੰ ਯਾਦ ਹੈ ਕਿ ਜਦੋਂ ਮੈਂ ਇੱਥੋਂ ਜੋਬ ਕਰਦਾ ਸੀ ਤੋ ਸਾਰਾ ਇਸੇ ਤਰ੍ਹਾਂ ਦਾ ਸਮਾਨ ਬਣਾਉਂਦੇ ਸੀ, ਅਤੇ ਅਸੀਂ ਇੱਥੇ ਜਿਹੜੇ ਆਪਣਾ ਬੂਥ ਲਾਉਣ ਆਇਆ ਕਰਦੇ ਸੀ,
ਇਸ ਪੋਰਟ 'ਤੇ ਸਟਰਾਈਡ ਰਾਈਡ ਕੈਨੇਡਾ ਦੇ ਵਿੱਚ ਮੈਂ ਕੰਮ ਕਰਦਾ ਸੀਗਾ। ਸੋ ਜਿਹੜੇ ਐਂਟੀ ਸਲਿੱਪ ਸ਼ੂ ਜਿਹੜੇ ਉੱਤੇ ਕਿਸ਼ਤੀਆਂ ਦੇ ਵਰਤੇ ਜਾਂਦੇ ਨੇ, ਸੋ ਅਸੀਂ ਉਹ ਇਹਨਾਂ ਨੂੰ ਵੇਚਦੇ ਸੀਗੇ ਅਤੇ ਉਹ ਅਸੀਂ ਇੱਥੇ ਜਿਹੜਾ ਹੈਗਾ ਆਪਣਾ ਪ੍ਰਮੋਸ਼ਨ ਲਈ ਆਉਂਦੇ ਹੁੰਦੇ ਸੀਗੇ। ਕਾਫੀ ਲੰਬੇ ਸਮੇਂ ਦੀ ਗੱਲ ਹੈ ਇਹ, ਅਤੇ ਹੁਣ ਜਿਹੜਾ ਹੈਗਾ ਮੈਂ ਉਹ ਦੇਖਦਾ ਉਹ ਚੀਜ਼ਾਂ, ਅਤੇ ਪਾਣੀ ਨਾਲ ਜਿਹੜੀਆਂ ਸੰਬੰਧਿਤ ਚੀਜ਼ਾਂ ਨੇ ਸੋ ਉਹ ਉਸੇ ਤਰ੍ਹਾਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਜਿਹੜੇ ਹੁਣ ਪਾਇਲਟ ਨੇ ਜਾਂ ਜਿਹੜੇ ਲੋਕ ਮਤਲਬ ਇਸ ਤਰ੍ਹਾਂ ਦੇ ਰੁਚੀ ਰੱਖਦੇ ਨੇ, ਤਾਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਅੱਡ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਆਹ ਦੇਖੋ ਲੋਕ ਕਿਵੇਂ ਬੈਠੇ ਨੇ, ਕਿਵੇਂ ਇੰਜੋਏ ਕਰਦੇ ਨੇ, ਲੇਕਿਨ ਕੋਈ ਰੌਲਾ ਰੱਪਾ ਨਹੀਂ। ਧੁੱਪ ਵਾਲਾ ਦਿਨ ਹੈ ਅਤੇ ਆਸਮਾਨ ਸਾਫ਼ ਹੈ, ਕਿਤੇ ਕਿਤੇ ਹਲਕੀ ਹਲਕੀ ਬੱਦਲਬਾਈ ਹੈ। ਸੋ ਆਲੇ ਦੁਆਲੇ ਲੋਕ ਬੈਠੇ ਹੋਣਗੇ ਅਤੇ ਇੱਧਰ ਮਿਸਾਗਾ ਜਿਹੜਾ ਹੈਗਾ, ਮਿਸਾਗਾ ਦੇ ਵਿੱਚੋਂ ਵੀ ਇਹ ਤੁਸੀਂ ਏਅਰ ਸ਼ੋਅ ਦੇਖ ਸਕਦੇ ਹੋ। ਥੋੜ੍ਹਾ ਜਿਹਾ ਦੂਰ ਪੈ ਜਾਂਦਾ ਲੇਕਿਨ ਤੁਸੀਂ ਦੇਖ ਸਕਦੇ ਹੋ, ਕਿਉਂਕਿ ਉੱਥੇ ਵੀ ਇਹ ਜਿਹੜੀ ਲੇਕ ਅੰਟਾਰੀਓ ਹੈ, ਇਹ ਟੋਰਾਂਟੋ, ਮਿਸਾਗਾ, ਓਕਵਿਲ ਇਹ ਸਾਰੇ ਲੱਗਦੀ ਹੈ। ਤੋ ਸਾਰੇ ਥਾਂ ਵੀ ਮਤਲਬ ਜਿੱਦਾਂ ਤੁਸੀਂ ਲੇਕ ਦੇ ਕਿਨਾਰੇ ਬੈਠ ਕੇ ਜਿਹੜਾ ਇਹ ਸ਼ੋਅ ਹੈ ਦੇਖ ਸਕਦੇ ਹੋ। ਟੋਰਾਂਟੋ ਕਿਉਂਕਿ ਇੱਥੇ ਬਿਲਕੁਲ ਨਜ਼ਦੀਕ ਹੈ, ਸਾਰੀਆਂ ਐਕਟੀਵਿਟੀਜ਼ ਇੱਥੇ ਹੁੰਦੀਆਂ ਨੇ, ਤੋ ਇੱਥੋਂ ਜਿਹੜਾ ਜ਼ਿਆਦਾ ਵਧੀਆ ਉਹ ਦਿਸਦਾ ਹੈ। ਅਤੇ ਵਿੱਚ ਉਹ ਤੁਸੀਂ ਦੇਖੋ ਇਹਨਾਂ ਨੇ ਲੇਕ ਦੇ ਵਿਚਾਲੇ ਜਿੱਦਾਂ ਦੀਵਾਰ ਜੀ ਲਾਈ ਹੋਈ ਹੈ, ਕਿਉਂਕਿ ਸੇਫਟੀ ਲਈ ਹੈ ਕਿ ਤੁਸੀਂ ਇਸ ਤੋਂ ਅੱਗੇ ਨਹੀਂ ਜਾਣਾ, ਅੱਗੇ ਜਿਹੜਾ ਹੈਗਾ ਲੇਕ ਦਾ ਪਾਣੀ ਆ ਉਹ ਡੂੰਘਾ ਹੋ ਸਕਦਾ, ਅਤੇ ਕਿਸ਼ਤੀਆਂ ਨੇ ਜਿਹੜੀਆਂ ਉਹ ਵੀ ਉਹਦੇ ਪਿੱਛੇ ਪਿੱਛੇ ਹੀ ਰਹਿੰਦੀਆਂ ਨੇ, ਅਤੇ ਬਹੁਤ ਸਾਰੇ ਜਾਨਵਰ ਨੇ। ਤਾਂ ਇੱਥੇ ਜਿਹੜੇ ਹਨ ਸੀਗੁਲ ਬਹੁਤ ਹੁੰਦੇ ਨੇ, ਇੱਕ ਕਿਸਮ ਦੀਆਂ ਬੱਤਖਾਂ ਜਿਹੀਆਂ ਹੁੰਦੀਆਂ ਨੇ, ਤਾਂ ਇਹ ਜਿਹੜੀਆਂ ਹੈਗੀਆਂ ਲੇਕ ਕਿਨਾਰੇ ਕਾਫੀ ਹੁੰਦੀਆਂ ਨੇ, ਤਾਂ ਇੱਥੇ ਵੀ ਕਾਫੀ ਨੇ, ਤਾਂ ਉੱਡ ਰਹੇ ਨੇ, ਅਤੇ ਨਾਲ ਜਿਹੜੇ ਗ੍ਰਾਸ ਹਾਪਰ ਨੇ ਟਿੱਡੇ ਜਿਹੇ ਹੁੰਦੇ ਨੇ ਅਤੇ ਉਹ ਵੀ ਉੱਡ ਰਹੇ ਨੇ, ਅਤੇ ਕਈ ਵਾਰ ਤੁਹਾਨੂੰ ਭੁਲੇਖਾ ਵੀ ਲੱਗਦਾ ਕਿ ਜਹਾਜ਼ਾਂ ਵਾਂਗੂ ਹੀ ਉਹ ਉੱਡ ਰਹੇ ਨੇ। ਸੋ ਇਸ ਤਰ੍ਹਾਂ ਜਿਹੜਾ ਮਹਿਸੂਸ ਹੋ ਰਿਹਾ, ਕੁਝ ਜਾਨਵਰ ਨੇ ਉੱਡ ਰਹੇ ਨੇ, ਚਿੜੀਆਂ ਪੰਛੀਆਂ ਦੀਆਂ ਉਡਾਰਾਂ ਨੇ ਜਿਹੜੀਆਂ ਉਹ ਵੀ ਉੱਡ ਰਹੀਆਂ ਨੇ। ਤੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਥੋਂ ਦਾ ਮੌਸਮ ਹੈ ਉਹ ਬੜਾ ਖੂਬਸੂਰਤ ਹੁੰਦਾ। ਤੋ ਪੰਛੀ ਨੇ ਜਿਹੜੇ ਉਹ ਬਾਕੀ ਦੂਰ ਦੁਰਾਡੇ ਤੋਂ ਜਿੱਥੇ ਜ਼ਿਆਦਾ ਠੰਡੇ ਥਾਂ ਨੇ ਉੱਥੋਂ ਵੀ ਜਿਹੜੇ ਮਾਈਗ੍ਰੇਟ ਕਰਕੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਇੱਥੇ ਟੋਰਾਂਟੋ ਦੇ ਆਸ ਪਾਸ ਆਏ ਹੁੰਦੇ ਨੇ। ਤੁਸੀਂ ਆਪਣੀਆਂ ਬੈਕ ਯਾਰਡਾਂ ਦੇ ਵਿੱਚ ਦਰੱਖਤਾਂ 'ਤੇ ਤੁਸੀਂ ਉਹਨਾਂ ਪੰਛੀਆਂ ਨੂੰ ਪਹਿਚਾਣ ਸਕਦੇ ਹੋ ਕਿ ਜਿਹੜੇ ਇੱਥੇ ਦੇ ਲੋਕਲ ਪੰਛੀ ਨਹੀਂ ਹਨ। ਉਹ ਦੇਖੋ ਸਾਹਮਣੇ ਸੂਰਜ ਹੈ ਜਿਹੜਾ ਉਹ ਚਮਕ ਰਿਹਾ ਹੈ, ਲੋਕ ਬੈਠੇ ਨੇ। ਤੋ ਇਸ ਤਰ੍ਹਾਂ ਦੇ ਪੱਥਰ ਨੇ ਇਹਨਾਂ ਨੇ ਲੇਕ ਦੇ ਕਿਨਾਰੇ ਰੱਖੇ ਹੋਏ ਨੇ, ਕਿਉਂਕਿ ਕਈ ਵਾਰ ਇਹ ਹੁੰਦਾ ਪਤਾ ਨਹੀਂ ਹੁੰਦਾ ਕਿ ਕੱਲ੍ਹ ਨੂੰ ਲੇਕ ਦਾ ਪਾਣੀ ਹੈ ਜਿਹੜਾ ਵੱਧ ਜਾਵੇ, ਪਾਣੀ ਉੱਪਰ ਥੱਲੇ ਹੁੰਦਾ ਰਹਿੰਦਾ, ਜਾਂ ਕੋਈ ਕਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਜਿਸ ਤਰ੍ਹਾਂ ਸੁਨਾਮੀ ਆ ਜਾਂਦੀਆਂ ਨੇ। ਅਤੇ ਇੱਕ ਸਮੁੰਦਰ ਹੀ ਹੈ ਇੱਕ ਕਿਸਮ ਦਾ, ਸੋ ਪਾਣੀ ਹੈ ਜਿਹੜਾ ਖੋਰਾ ਨਾ ਲਾਵੇ, ਸ਼ਹਿਰ ਵੱਲ ਨੂੰ ਨਾ ਜਾਵੇ, ਤੋ ਇਸ ਲਈ ਵੀ ਹੈ, ਅਤੇ ਲੋਕਾਂ ਦੇ ਬੈਠਣ ਲਈ ਵੀ ਹੈ। ਅਤੇ ਇਹ ਜਿਹੜੇ ਪੱਥਰ ਨੇ ਇਹ ਸਾਰੇ ਜਿਹੜੇ ਲੇਕ ਦੇ ਆਲੇ ਦੁਆਲੇ ਨੇ ਉਹ ਇਸ ਤਰ੍ਹਾਂ ਰੱਖੇ ਗਏ ਨੇ, ਬੜੀ ਮਿਹਨਤ ਦਾ ਕੰਮ ਹੈ। ਸਿਟੀ ਨੇ ਬੜੇ ਸੋਹਣੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਹੋਏ ਨੇ ਵਾਤਾਵਰਨ ਨੂੰ ਸੰਭਾਲਣ ਲਈ, ਲੋਕਾਂ ਦੇ ਬੈਠਣ ਉੱਠਣ ਲਈ, ਲੋਕਾਂ ਦੇ ਮਨੋਰੰਜਨ ਲਈ। ਆਹ ਦੇਖੋ ਕਿਸ ਤਰ੍ਹਾਂ ਜਿਹੜੇ ਜਹਾਜ਼ ਉਹ ਰੰਗ ਛੱਡਦੇ, ਰੰਗ ਬਖੇਰਦੇ ਜਿਹੜੇ ਖਿਲਰ ਗਏ ਨੇ ਅਸਮਾਨ ਦੇ ਵਿੱਚ। ਸੋ ਉਮੀਦ ਕਰਦਾ ਹਾਂ ਕਿ ਇਹ ਏਅਰ ਸ਼ੋਅ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਤੁਸੀਂ ਵੀ ਕਦੇ ਟੋਰਾਂਟੋ ਆਵੋ ਸਤੰਬਰ ਦੇ ਆਖਰੀ ਵੀਕ, ਤਾਂ ਤੁਸੀਂ ਇਸ ਨੂੰ ਜ਼ਰੂਰ ਵੇਖਣਾ।
ਅਤੇ ਮੈਂ ਇੱਥੇ ਹੀ ਤੁਹਾਡੇ ਤੋਂ ਆਗਿਆ ਲੈਂਦਾ ਹਾਂ ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਸ਼ੁਕਰੀਆ ਜੀ। Thank you.